ਹਾਂਜੀ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਲਾਹੌਰੀਆ। ਸੋ ਦੋਸਤੋ, ਤੁਹਾਡੇ ਨਾਲ ਅੱਜ ਇੱਕ ਵਿਚਾਰ ਕਰਨੀ ਆ। ਵੀਡੀਓ ਨੂੰ ਜੇ ਤੁਸੀਂ ਪਲੇ ਕਰ ਲਿਆ, ਚਲਾ ਲਈ ਆ, ਤਾਂ ਵੀਡੀਓ ਪੂਰੀ ਸੁਣ ਲਿਓ ਤੇ ਬਾਅਦ ਵਿੱਚ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਉਸ ਵੀਡੀਓ ਬਾਰੇ ਵਿਚਾਰ ਦਿਓ। ਸੋ ਅੱਜ ਮੈਂ ਜਦੋਂ ਉਹਦੀਆਂ ਸਿਸਟਰ ਨੂੰ ਲੈਣ ਵਾਸਤੇ ਸਾਡੇ ਇੱਥੇ ਫਿਰੋਜ਼ਪੁਰ ਕਾਲਜ ਆ, ਵੁਮੈਨ ਕਾਲਜ, ਬਹੁਤ ਮਸ਼ਹੂਰ ਕਾਲਜ ਆ, ਮੈਂ ਉਹਦਾ ਨਾਮ ਨਹੀਂ ਲਊਂਗਾ, ਸਿਸਟਰ ਨੂੰ ਲੈਣ ਵਾਸਤੇ ਕਾਲਜ ਗਿਆ, ਤਾਂ ਮੈਂ 10 ਕੁ ਮਿੰਟਾਂ ਦੇ ਪਹਿਲਾਂ ਗਿਆ ਚਲਾ। 10-15 ਮਿੰਟ ਮੈਂ ਪਹਿਲਾਂ ਛੁੱਟੀ ਤੋਂ ਪਹਿਲਾਂ ਗਿਆ ਚਲਾ, ਤਾਂ ਇੱਕ ਚੀਜ਼ ਉੱਥੇ ਨੋਟ ਕੀਤੀ ਕਾਲਜ ਦੇ ਬਾਹਰ। ਛੁੱਟੀ ਹੋਣ ਤੋਂ ਪਹਿਲਾਂ ਉੱਥੇ ਬੁਲਟਾਂ ਤੇ ਮੋਟਰਸਾਈਕਲਾਂ ਤੇ ਰੰਗ ਬਿਰੰਗਿਆਂ ਤੇ ਗੇੜੀਆਂ ਸ਼ੁਰੂ ਹੋ ਗਈਆਂ। ਕਿੰਨਾਂ ਦੀਆਂ? ਸਾਡੀ ਕੌਮ ਦੇ ਜਿਹੜੇ ਗੱਭਰੂ ਨੇ, ਸਾਡੀ ਕੌਮ ਦੇ ਗੱਭਰੂ ਜਿਨ੍ਹਾਂ ਦਾ ਖੂਨ ਖੋਲਦਾ, ਉਹਨਾਂ ਦੀਆਂ ਗੇੜੀਆਂ ਸ਼ੁਰੂ ਹੋ ਗਈਆਂ ਉੱਥੇ। ਗੇੜੀਆਂ ਵੀ ਇੱਦਾਂ ਚੱਲਣ ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਨੂੰ ਲੱਭਦਾ ਹੋਵੇ। ਪਤਾ ਨਹੀਂ ਯਾਰ ਕੀ ਸੋਚ ਕੇ ਗੇੜੀਆਂ ਲਾਉਂਦੇ ਨੇ। ਸੋ ਬੜੀ ਗੱਲ ਦਿਲ ਨੂੰ ਲੱਗੀ ਯਾਰ, ਕਿ ਕੁਝ ਕੁ ਬੰਦੇ ਨੇ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਇਹਨਾਂ ਵੀਰਾਂ ਦੇ ਕਰਕੇ ਲੋਕ ਆਪਣੀਆਂ ਕੁੜੀਆਂ ਨੂੰ ਪੜ੍ਹਾਉਣੋਂ ਡਰਦੇ ਨੇ, ਕਾਲਜ ਪੜ੍ਹਾਉਣੋਂ ਭੇਜਦੇ ਨੀ ਕਾਲਜ, ਡਰ ਜਾਂਦੇ ਨੇ ਇਹਨਾਂ ਬੰਦਿਆਂ ਕਰਕੇ। ਤੇ ਲਾਹਨਤ ਹੈ ਉਹਨਾਂ ਕੁੜੀਆਂ ਨੂੰ ਵੀ, ਜਿਹੜੀਆਂ ਕੁੜੀਆਂ ਉਹਦੇ ਮਾਂ ਪਿਓ ਦੇ ਪਸੀਨੇ ਨੂੰ, ਉਹਨਾਂ ਦੇ ਖੂਨ ਨੂੰ ਵੇਚ ਕੇ ਪੜ੍ਹਦੀਆਂ ਨੇ, ਤੇ ਪੜ੍ਹਨ ਦੇ ਬਹਾਨੇ ਆ ਕੇ ਇੱਥੇ ਕੁੱਤੇ ਕੰਮ ਕਰਦੀਆਂ ਨੇ। ਲਾਹਨਤ ਹੈ ਉਹਨਾਂ ਕੁੜੀਆਂ ਨੂੰ ਵੀ, ਉਹ ਕੋਈ ਬਹਾਦਰੀ ਦੇ ਲਾਇਕ ਦਾ ਕੰਮ ਨੀਗਾ ਉਹਨਾਂ ਦਾ ਵੀ। ਸੋ ਇੱਕ ਗੱਲ ਕਰਨ ਲੱਗਿਆ, ਮੇਰਾ ਦੋਸਤ ਸੀਗਾ ਇੱਕ, ਉਹਨੇ ਮੈਨੂੰ ਜਦੋਂ ਉਹਨੇ ਮੈਨੂੰ ਆਪ ਸਾਰੀ ਗੱਲ ਦੱਸੀ ਸੀਗੀ, ਸੋ ਮੈਂ ਉਹਦਾ ਵੀ ਨਾਮ ਨਹੀਂ ਲਊਂਗਾ, ਪਰ ਉਹ ਮੇਰੀ ਵੀਡੀਓ ਜ਼ਰੂਰ ਸੁਣੂਗਾ, ਤੋ ਮੈਂ ਉਹਦੇ ਕੋਲੋਂ ਮਾਫ਼ੀ ਮੰਗ ਲੈਣਾ ਵੀਰੇ ਕੋਲੋਂ ਪਹਿਲਾਂ ਹੀ, ਕਿ ਵੀਰੇ ਤੇਰੀ ਵੀਡੀਓ ਤਾਂ ਸੁਣਾਉਣ ਲੱਗਿਆ ਸ਼ਾਇਦ ਕਿਸੇ ਨਾ ਕਿਸੇ ਵੀਰ ਦੀ ਸੋਚ ਬਦਲ ਜਾਵੇ। ਤੇ ਉਹ ਕਹਿੰਦਾ ਜਦੋਂ ਵੀਰਾ ਬੁਲਟ ਤੇ ਜਾ ਰਿਹਾ ਸੀ, ਉਹਦੀ ਸਿਸਟਰ ਵੈਸੇ ਤਾਂ ਵੈਨ ਤੇ ਆਉਂਦੀ ਸੀਗੀ, ਪਰ ਉਦਣ ਉਹ ਆਪਣੀ ਫਰੈਂਡ ਦੇ ਨਾਲ, ਉਹਨਾਂ ਨੇ ਜਲਦੀ ਜਾਣਾ ਸੀ ਫਰੈਂਡ ਦੇ ਨਾਲ ਵਾਪਸ, ਕਿਸੇ ਅਗਲੇ ਪਿੰਡ ਦੀ ਕੁੜੀ ਸੀਗੀ ਉਹਦੇ ਨਾਲ ਵਾਪਸ ਜਲਦੀ, ਕਿ ਕੁੜੀਆਂ ਨੂੰ ਆਦਤ ਹੁੰਦੀ ਆ ਕਿ ਫੇਸ ਕਵਰ ਕਰ ਲੈਂਦੀਆਂ ਨੇ ਜਦੋਂ ਵੀ ਮੋਪੜ ਤੇ ਜਾਂ ਐਕਟਿਵਾ ਤੇ ਜਿੰਦੇ ਤੇ ਵੀ ਹੁੰਦੀਆਂ ਨੇ, ਫੇਸ ਕਵਰ ਕਰਕੇ ਬੈਠਦੀਆਂ ਨੇ, ਤਾਂ ਉਹਨਾਂ ਦੋਨਾਂ ਨੇ ਫੇਸ ਕਵਰ ਕੀਤੇ ਸੀ। ਕਹਿੰਦਾ ਮੈਂ ਬੜੀ ਤੇਜ਼ ਬੁਲਟ ਭਜਾਇਆ ਉਹਨਾਂ ਦੇ ਮਗਰ, ਤਾਂ ਮੈਂ ਜਾ ਕੇ ਉਹਨੂੰ ਕਮੈਂਟ ਕੀਤਾ ਵੀ ਹੋਰ ਵੀ ਪੁਰਜਿਆ ਕੀ ਹਾਲ ਆ। ਕਹਿੰਦਾ ਮੈਂ 2 ਵਾਰੀ ਇਹੀ ਕਮੈਂਟ ਕੀਤਾ, ਰਿਪੀਟ ਕਰਤਾ, ਫਿਰ ਮੈਂ ਕਹਿੰਦਾ ਉੱਚੀ ਬੋਲ ਕੇ ਕਿਹਾ ਪੁਰਜਿਆ ਗੱਲ ਤਾਂ ਸੁਣ ਜਾ ਮੇਰੀ। ਪਰ ਕਹਿੰਦਾ ਵੀ ਉਸ ਕੁੜੀ ਨੂੰ, ਮੇਰੀ ਸਿਸਟਰ ਨੂੰ ਤਾਂ ਕਹਿੰਦਾ ਪਤਾ ਲੱਗ ਗਿਆ ਮਗਰ ਬੈਠੀ ਨੂੰ ਵੀ ਮੁੰਡਾ ਕੌਣ ਆ, ਪਰ ਮੈਨੂੰ ਨਹੀਂ ਸੀ ਪਤਾ ਉਹਨੇ ਫੇਸ ਕਵਰ ਕੀਤਾ ਸੀ। ਕਹਿੰਦਾ ਉਹ ਜਦੋਂ ਘਰੇ ਚਲ ਗਈ ਤਾਂ ਅੰਦਰ ਵੜ ਗਈ, ਅੰਦਰ ਵੜ ਕੇ ਰੋਣ ਲੱਗ ਗਈ। ਕਹਿੰਦਾ ਜਦੋਂ ਸ਼ਾਮ ਨੂੰ ਮੈਂ ਵਾਪਸ ਆਇਆ, ਘਰੇ ਆਇਆ ਤਾਂ 5 ਵਜੇ ਕਹਿੰਦਾ ਮੈਂ ਆਇਆ, ਤਾਂ ਮੈਂ ਪੁੱਛਿਆ ਕਿ ਭੈਣ ਕਿੱਥੇ ਆ, ਕਹਿੰਦੇ ਵੀ ਉਹ ਤਾਂ ਰੋ ਰਹੀ ਅੰਦਰ ਜਦੋਂ ਦੀ ਕਾਲਜ ਤੋਂ ਆਈ ਆ, ਗੱਲ ਨੀ ਦੱਸਦੀ ਕੀ ਹੋ ਗਈ। ਤੇ ਕਹਿੰਦਾ ਇੱਕਦਮ ਮੈਂ ਅੰਦਰ ਜਾ ਕੇ ਜਦੋਂ ਪੁੱਛਿਆ ਵੀ ਭੈਣੇ ਕੀ ਗੱਲ ਹੋ ਗਈ ਆ, ਕਹਿੰਦੇ ਵੀਰੇ ਕੁਝ ਨੀ ਹੋਇਆ। ਕਹਿੰਦਾ ਨਹੀਂ ਭੈਣੇ ਮੈਨੂੰ ਦੱਸ ਕੀ ਗੱਲ ਹੋਈ ਹੈ, ਕਹਿੰਦੇ ਵੀਰੇ ਇੱਕ ਗੱਲ ਚੱਲ ਮੈਨੂੰ ਦੱਸ ਦੇ ਕਿ ਵੀਰੇ ਪੁਰਜਾ ਕੀ ਹੁੰਦਾ। ਚੁੱਪ ਕਰ ਗਿਆ ਇੱਕਦਮ, ਕਹਿੰਦਾ ਤੂੰ ਗੱਲ ਦੱਸ ਭੈਣੇ ਕੀ ਹੋਈ ਹੈ, ਕਹਿੰਦੇ ਨਹੀਂ ਵੀਰੇ ਪਹਿਲਾਂ ਮੈਨੂੰ ਤੂੰ ਇੱਕ ਗੱਲ ਦੱਸ ਪੁਰਜਾ ਹੁੰਦਾ ਕੀ ਆ। ਤਾਂ ਇੱਕਦਮ ਬੋਲਿਆ, ਕਹਿੰਦਾ ਪੁਰਜਾ ਕਿਸੇ ਵੀ ਚੀਜ਼ ਦਾ ਹੁੰਦਾ ਹੈ, ਕਿਸੇ ਵੀ ਮਸ਼ੀਨ ਦਾ ਹੁੰਦਾ ਹੈ, ਜਦੋਂ ਉਹਨੂੰ ਮਰਜ਼ੀ ਅਸੀਂ ਲਾ ਸਕਦੇ ਹਾਂ, ਉਹਨੂੰ ਕੱਸ ਸਕਦੇ ਹਾਂ, ਲਾ ਸਕਦੇ ਹਾਂ ਤੇ ਲਾ ਸਕਦੇ ਹਾਂ। ਕਹਿੰਦੇ ਵੀਰੇ ਇਹ ਕੁੜੀਆਂ ਦੇ ਲਈ ਕਿਉਂ ਵਰਤਿਆ ਜਾਂਦਾ। ਚੁੱਪ ਕਰ ਗਿਆ ਇੱਕਦਮ, ਗੱਲ ਨਹੀਂ ਆਈ, ਜ਼ਬਾਨ ਉਹਦੀ ਲੜਖੜਾ ਗਈ। ਤਾਂ ਦੁਬਾਰੇ ਫਿਰ ਬੋਲਿਆ, ਕਹਿੰਦਾ ਫਿਰ ਉਹਨੇ ਪੁੱਛਿਆ, ਕਹਿੰਦੀ ਵੀਰੇ ਦੱਸ ਮੈਨੂੰ ਜਵਾਬ ਦੇ, ਕੁੜੀਆਂ ਦੇ ਲਈ ਕਿਉਂ ਵਰਤਿਆ ਜਾਂਦਾ। ਤਾਂ ਕਹਿੰਦਾ ਤੂੰ ਮੈਨੂੰ ਗੱਲ ਦੱਸ ਭੈਣੇ ਗੱਲ ਕੀ ਹੋਈ ਆ। ਕਹਿੰਦੀ ਵੀਰੇ ਗੱਲ ਨੀ ਦੱਸਣੀ, ਪਹਿਲਾਂ ਮੈਨੂੰ ਜਵਾਬ ਦੇ। ਕਹਿੰਦਾ ਮੇਰੇ ਕੋਲੇ ਜਵਾਬ ਹੈ ਨੀ ਇਹ। ਤਾਂ ਕਹਿੰਦਾ ਤੈਨੂੰ ਮੇਰੀ ਸੌਂ ਲੱਗੇ ਭੈਣੇ, ਮੈਨੂੰ ਗੱਲ ਦੱਸ ਗੱਲ ਕੀ ਹੋਈ ਆ। ਫਿਰ ਬੋਲੀ, ਕਹਿੰਦੀ ਵੀਰੇ ਅੱਜ ਮੈਨੂੰ ਇੱਕ ਮੁੰਡੇ ਨੇ ਇੱਕ ਕਮੈਂਟ ਕੀਤਾ ਸੀ, ਮੈਨੂੰ ਛੇੜਿਆ ਸੀ ਪੁਰਜਾ ਕਹਿ ਕੇ, ਇੱਕਦਮ ਅੱਖਾਂ ਲਾਲ ਹੋ ਗਈਆਂ, ਗੁੱਸੇ ਚ ਆ ਗਿਆ। ਤੇ ਕਹਿੰਦਾ ਮੈਨੂੰ ਦੱਸ ਕੌਣ ਸੀ। ਕਹਿੰਦੀ ਵੀਰੇ ਨਹੀਂ ਤੂੰ ਰਹਿਣ, ਤੂੰ ਉਹਦੇ ਨਾਲ ਲੜ ਪਈ,
ਤੂੰ ਉਹਨੂੰ ਮਾਫ਼ ਨਹੀਂ ਕਰਨਾ। ਕਹਿੰਦਾ ਨਹੀਂ, ਤੈਨੂੰ ਉਹਦੇ ਭਰਾ ਦੀ ਸਹੁੰ ਆ, ਉਹਦਾ ਨਾਮ ਦੱਸ। ਫਿਰ ਕੁੜੀ ਨੇ ਲਿਜਾ ਕੇ ਆਪਣੇ ਬ੍ਰਦਰ ਨੂੰ ਸ਼ੀਸ਼ੇ ਦੇ ਮੂਹਰੇ ਖੜਾ ਕਰਤਾ, ਕਹਿੰਦੀ ਆਹ ਹੀ ਮੁੰਡਾ ਸੀਗਾ ਵੀਰੇ। ਇਕਦਮ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ, ਅੱਖਾਂ ਦੇ ਪਾਣੀ ਨਿਕਲ ਆਇਆ, ਅੱਖਾਂ ਦੇ ਵਿੱਚੋਂ ਤਰੇਲੀਆਂ ਆ ਗਈਆਂ, ਮੱਥੇ ਤੇ ਹੱਥ ਕੰਬਣ ਲੱਗ ਗਏ। ਮੈਨੂੰ ਇਹ ਗੱਲ ਦੱਸਣ ਲੱਗਿਆ, ਉਹ ਰੋਣ ਲੱਗ ਗਿਆ ਬੰਦਾ, ਕਹਿੰਦਾ ਵੀਰੇ ਮੇਰੇ ਨਾਲ ਏਦਾਂ ਹੋਈ ਸੀ। ਸੋ ਉਸ ਬੰਦੇ ਦੀ ਸੋਚ ਜਿਹੜੀ ਸੀ ਉਸ ਦਿਨ, ਅੱਜ ਵੀ ਉਹ ਬੰਦਾ ਬਹੁਤ ਰਿਸਪੈਕਟ ਕਰਦਾ ਕੁੜੀਆਂ ਦੀ। ਪਰ ਮੈਂ ਨਹੀਂ ਚਾਹੁੰਦਾ ਸਾਰੇ ਵੀਰਾਂ ਨੂੰ, ਹਰ ਇੱਕ ਬੰਦੇ ਨੂੰ ਏਦਾਂ ਦੀ ਠੋਕਰ ਵੱਜੇ ਕਿ ਉਹਦੀ ਤਾਂ ਹੀ ਸੋਚ ਬਦਲੇ। ਉਸ ਤੋਂ ਪਹਿਲਾਂ ਹੀ ਕਿਉਂ ਨਾ ਅਸੀਂ ਸੋਚ ਆਪਦੀ ਬਦਲ ਕੇ ਰੱਖੀਏ, ਹੈ ਨਾ। ਸੋ ਵੀਰੋ ਯਾਰ, ਗਲਤ ਕੰਮ ਕਰਨੇ ਛੱਡ ਦਿਓ, ਗੇੜੀਆਂ ਲਾਉਣੀਆਂ ਛੱਡ ਦਿਓ ਕੁੜੀਆਂ, ਮਗਰ ਤੁਹਾਡੇ ਕਰਕੇ ਨਾ ਲੋਕ ਕੁੜੀਆਂ ਨੂੰ ਪੜਾਉਣੋਂ ਹਟ ਗਏ ਯਾਰ, ਲੋਕ ਕੁੜੀਆਂ ਨੂੰ ਜੰਮਣੋਂ ਹਟ ਗਏ, ਜੰਮਣ ਤੋਂ ਡਰਦੇ ਆ ਯਾਰ। ਐ ਨਾ ਕਰਿਆ ਕਰੋ, ਉਹਦੀ ਛਾਣ ਬਣਾਓ ਯਾਰ। ਅਸੀਂ ਬੜੀ ਤਗੜੀ ਕੌਮ ਦੇ ਬੱਚੇ ਹਾਂ, ਅਸੀਂ ਜ਼ਰੂਰੀ ਨਹੀਂ, ਮੈਂ ਕਹਿੰਦਾ ਕਿ ਯਾਰ ਮੈਂ ਦਾੜੀ ਰੱਖ ਕੇ ਹੀ ਸੁਧਰੂੰਗਾ, ਐ ਨਹੀਂ। ਸੁਧਰਨਾ ਚਾਹੇ ਤੁਸੀਂ ਮੋਨੇ ਹੋ, ਚਾਹੇ ਪੱਗ ਬੰਨਦੇ ਹੋ, ਚਾਹੇ ਸਰਦਾਰ ਹੋ, ਪੂਰੇ ਸਿੱਖ ਸਰਦਾਰ ਹੋ, ਸੋਚ ਬਦਲੋ, ਫਿਰ ਸੂਰਤ ਵੀ ਬਦਲਾਂਗੇ। ਸੋ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰ ਦਿਆ ਜੀ, ਜੇ ਨਾ ਚੰਗੀ ਲੱਗੀ ਜਿਨ੍ਹਾਂ ਨੂੰ, ਉਹਨਾਂ ਦਾ ਇਲਾਜ ਹੈ ਨਹੀਂ ਆਪਣੇ ਕੋਲੇ। ਸੋ ਸ਼ੇਅਰ ਪਲੀਜ਼। ਸਤਿ ਸ਼੍ਰੀ ਅਕਾਲ।